ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਜਾਣੇ ਕੇ ਸੰਘਾ ਫੈਮਿਲੀ ਵਾਂਗੋ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਪਨੀਰ ਵਾਲੇ ਪਰੌਠੇ। ਸੱਚ ਕਿਹਾ ਦਿਓਲ ਸਾਹਿਬ ਨੇ, ਮੈਂ ਆਲੂ ਵਾਲੇ ਕਹਿ ਦੇਣ ਲੱਗਾ ਸੀ, ਮਟਰ ਵਾਲੇ ਕਹਿ ਦੇਣ ਲੱਗਾ, ਗੋਭੀ ਵਾਲੇ, ਪਰ ਇਹਨਾਂ ਨੇ ਮੈਨੂੰ ਦੱਸ ਦਿੱਤਾ ਕਿ ਪਨੀਰ ਵਾਲੇ, ਕਿਉਂਕਿ ਇੰਨੀਆਂ ਆਈਟਮਾਂ ਜੋ ਇਹਨਾਂ ਨੇ ਬਣਾਈਆਂ, ਹਰਾ ਮਿਰਚਾਂ, ਹਰਾ ਧਨੀਆ, ਅਦਰਕ ਸਾਰਾ ਕੁਛ ਪਾਏਗੇ, ਇਸ ਲਈ ਅੱਜ ਬਣਾਏਗੇ ਪਨੀਰ ਵਾਲੇ ਪਕੌੜੇ। ਦਿਖਾਉਂਦੇ ਹਾਂ, ਇੱਕ ਮਿੰਟ ਵੇਟ ਕਰੋ, ਸਾਰਾ ਕੁਛ ਤੁਹਾਡਾ ਸਮਾਨ ਦਿਖਾਉਂਦੇ ਹਾਂ। ਇਹ ਹੈਗੀਆਂ ਹਰੀਆਂ ਮਿਰਚਾਂ ਵਿਦ ਅਦਰਕ, ਥੋੜਾ ਨਹੀਂ ਇਹ ਥੋੜੀ ਪਾਉਣਾ, ਉਹ ਚਾਹੀ ਸਾਈਡ ਵਾਲਾ ਆ ਆ ਜਗਾਰ ਜਿਹੜਾ ਮੇਨ ਆਪਾਂ ਕਰ ਲਗੇ ਗ੍ਰੈਂਡ ਦੇ ਵਿੱਚ। ਹਰੀਆਂ ਮਿਰਚਾਂ ਉਹ ਪਹਿਲਾਂ ਦੇਖ ਤੇ ਲੈਂਦੇ, ਹਰੀਆਂ ਮਿਰਚਾਂ, ਅਦਰਕ ਤੇ ਗੰਡਾ, ਪੁਦੀਨਾ ਪੁਦੂਨਾ ਮੇਰੇ ਤੋਂ ਬਾਅਦ ਆਪਾਂ ਗ੍ਰੈਂਡ ਕਰ ਹੋਰ ਲਗਾ ਕੇ ਹਰੀ ਚਾਹ ਵੀ ਤੰਦੇ ਹਾਂ, ਹਰੀ ਚਾਹ ਜੋ ਲਗਾ ਕੇ ਚਾਹ ਬਸ ਇਹ ਇਹ ਕੰਮ ਹੋ ਗਿਆ। ਤਾਂ ਹੁਣ ਕੱਢੀ ਪਨੀਰ ਦੀ ਟਿੱਕੀ, ਪਨੀਰ ਐਸੀ ਜੀ ਬੈਂਸ ਦੀ ਆ, ਬਹੁਤ ਵਧੀਆ 10 ਪੈਂਟ ਵਾਲੀ ਆ, ਅਤੇ ਸਾਡੇ ਘਰ ਦੀ ਆ ਜਿਹੜੀ ਮੱਝ, ਉਹਦਾ ਹੀ ਪਨੀਰ ਅਸੀਂ ਅੱਜ ਕੱਲ੍ਹ ਬਣਾਇਆ ਸੀਗਾ, ਨਹੀਂ ਸਵੇਰੇ ਬਣਨਾ ਲਾਇਆ ਸੀ ਅਤੇ ਹੁਣ ਬਣ ਕੇ ਤਿਆਰ, ਅਤੇ ਪੀਸ ਕੱਟੇ ਦੇ ਨਾਲ ਨੇਰਾ ਲੱਗਦਾ ਨਾ, ਇਹ ਤਾਂ ਬਾਜ਼ਾਰ 'ਚੋਂ ਲਿਆਂਦਾ ਹੁੰਦਾ, ਅਤੇ ਗੱਲ ਇਹ ਲਿਆਂਦਾ ਬਾਜ਼ਾਰ 'ਚੋਂ ਹੀ ਆ। ਇੱਕ ਹੋਰ ਸਰਪ੍ਰਾਈਜ਼, ਅਤੇ ਧਣਾ ਧਨ ਧਨਕ 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 ਇਹਨੂੰ ਕਰੋ ਕੀ ਕਹਿੰਦੇ ਹੁੰਦੇ ਆ, ਭੋਗ ਤੋਂ ਤੇ ਸਾਡਾ ਇੱਕ ਬਹੁਤ ਪਿਆਰਾ ਹੋ ਜਾਂਦਾ ਸਾਰਾ ਸਮਾਨ ਉਹਨਾਂ ਲਈ ਹੁੰਦਾ ਆ। ਪਤਾ ਨੀ ਕੱਲ ਬੁੜੀਆਂ ਆਪਣੀਆਂ ਪੇਕਿਆਂ ਨੂੰ ਬਹੁਤ ਅਹਿਮੀਅਤ ਦਿੰਦੀਆਂ, ਜਦਕਿ ਸਹੁਰੀਆਂ ਨੂੰ ਕਿਉਂ ਨੀ। ਤੁਹਾਨੂੰ ਮੈਂ ਇੱਕ ਹੋਰ ਬੁਝਾਰ ਪਾਉਣਾ, ਮੇਰੇ ਤੋਂ 100 ਦਾ ਨੋਟ ਆ, 100 ਦਾ ਨੋਟ ਆ, ਉਹਦੇ ਵਿੱਚੋਂ ਮੈਂ 40 ਰੁਪਈਏ ਖਰਚ ਲੈ, 40 ਰੁਪਈਏ ਖਰਚ ਲੈ, ਇੱਧਰ ਲਿਖ ਦੇ 60 ਬਚ ਗਏ, 60 ਬਚ ਗਏ ਨਾ, 60 ਦੇ ਵਿੱਚੋਂ 30 ਮੈਂ ਹੋਰ ਰੁਪਈਏ ਖਰਚ ਲੈ, ਤੇ ਬਾਕੀ ਰਹਿ ਗਿਆ 30, 60 ਦੇ ਲਾਗੇ ਲੈ ਦੇ 30 ਹੈਨਾ, 30 ਦੇ ਵਿੱਚੋਂ ਮੈਂ 18 ਰੁਪਈਏ ਫੇਰ ਖਰਚ ਲੈ, 30 ਦੇ ਵਿੱਚੋਂ 18 ਰੁਪਈਏ ਖਰਚ ਲੈ, ਬਾਕੀ ਰਹਿ ਗਿਆ 12 12 ਮੈਂ ਖਰਚ ਲੈ, ਫੇਰ ਇੱਧਰ 0 ਲਿਖ ਦੇ। ਹੁਣ ਜਿਹੜੇ ਇੱਧਰਲੇ ਪਾਸੇ ਤੋਂ ਇੱਕ ਲਿਖੇ ਸੀਗੇ 60, ਇੱਕ 30 ਤੇ ਇੱਕ 12, ਇਹਨਾਂ ਨੂੰ ਜੇ ਆਪਾਂ ਜੋੜ ਕਰੀਏ ਤਾਂ ਬਣ ਗਏ ਫੇਰ 102, 60, 30, 12, ਇਹ ਤਾਂ 102, ਜਦਕਿ ਮੇਰੇ ਤੋਂ 100 ਰੁਪਈਆ ਸੀ ਇਹਦੀ, ਦੱਸ ਇਹ ਕਿੱਦਾਂ। ਹੁਣ ਸਵੇਰ ਦੁਬਾਰ ਤੋਂ ਪੁੱਛਦਾ, ਮੈਨੂੰ ਸਮਝ ਖਰਚ ਲੈ, ਬਾਕੀ ਬਚੇ 12 ਫੇਰ ਲਿਖ ਦੇ ਇੱਧਰ, 60, 30 ਹੋ ਗਿਆ 90 ਤੇ 12 ਰੁਪਈਏ, ਨਹੀਂ 12 ਤਾਂ ਫੇਰ ਤੁਸੀਂ ਖਰਚ ਲੈ ਹਨਾ, 18 ਖਰਚੇ, 12 ਬਚੇ ਨੇ ਆ, ਪੂਰੇ ਕਰੂਗਾ ਹਿਸਾਬ ਕਰਕੇ ਦੱਸੂਗਾ, ਉਹਦੀ ਮੈਂ
ਇੰਸਟਾਗ੍ਰਾਮ ਤੇ ਸਟੋਰੀ ਪਾਉਂਗਾ ਪਰ ਪੂਰਾ ਹਿਸਾਬ ਮੈਨੂੰ ਇਹ ਕਲੀਅਰ ਦੱਸਿਓ ਵੀ ਕਿਸ ਤਰ੍ਹਾਂ ਇਦਾਂ ਬਣ ਰਹੇ ਆ। ਤੇ ਹੁਣ ਆਪਾਂ ਕਰ ਲਿਆ ਨਾਲ ਨਾਲ ਪਨੀਰ ਕ੍ਰੱਚ ਹਿਸਾਬ ਕਿਤਾਬ ਵੀ ਸ਼ੁਰੂ ਕਰ ਦਈਏ। ਤੁਹਾਡਾ ਹੁਣ ਵਿੱਚ ਹੋ ਗਿਆ ਇਹ ਪਹਿਲਾਂ ਪਨੀਰ ਬਾਅਦ ਦੇ ਵਿੱਚ ਹੋ ਗਿਆ ਤੜਕਾ। ਹੁਣ ਜਿਹੜਾ ਮਸਾਲਾ ਯੂਜ਼ ਕਰਦੇ ਹਾਂ ਜਿਹੜਾ ਮਸਾਲਾ ਯੂਜ਼ ਕਰਦੇ ਸੀ ਇਕੱਲਾ ਜੀਰਾ ਅਤੇ ਕਾਲੀ ਮਿਰਚ ਯੂਜ਼ ਕਰਦੇ ਹਾਂ, ਹੋਰ ਕੁਛ ਵੀ ਨਹੀਂ, ਉਹਨੂੰ ਹੀ ਆ ਗ੍ਰੈਂਡ ਕੀਤਾ ਹੋਇਆ। ਇੱਕ ਜਿਹੜਾ ਕਹਿੰਦੇ ਹੁੰਦੇ ਆ ਵੀ ਇਹ ਮੇਰਾ ਆਪਦਾ ਇਹ ਮੈਂ ਦੱਸਣੀ ਨਹੀਂ ਰੈਸਪੀ, ਵਿੱਚ ਇੱਦਾਂ ਵੀ ਕਰਦੇ ਹੁੰਦੇ ਆ ਇਹ ਮੇਰੇ ਸਪੈਸ਼ਲ ਆ 25-30 ਮਸਾਲਿਆਂ ਦਾ ਮਿਸ਼ਰਣ, ਇਹ ਨਹੀਂ ਮੈਂ ਦੱਸਣਾ। ਜੇ ਤੂੰ ਜੇ ਪਾਇਆ ਸੀ ਏਦਾਂ ਕਹਿ ਦੀਦਾ ਹੁੰਦਾ ਅਗਲਿਆਂ ਨੇ ਇਹੀ ਸੋਚੀ ਜਾਣਾ 20-25 ਕਿਹੜੇ ਯਾਰ ਮਸਾਲੇ ਹੋਣਗੇ ਕਿ ਨਹੀਂ। ਇੱਕ ਹੋਰ ਖੁਸ਼ਖਬਰੀ, ਅਸੀਂ ਜਦੋਂ ਬਲੌਗ ਪਾਉਂਦੇ ਹੁੰਦੇ ਸੀਗੇ ਤੇ ਪੈਂਦਾ ਨਹੀਂ ਸੀ, 2 GB ਲੱਗ ਗਈ ਤੇ ਅੱਜ ਅਸੀਂ ਵਾਈਫਾਈ ਲਵਾਉਣ ਲੱਗੇ ਹਾਂ, ਤਾਰ ਪੈ ਗਈ ਆ। ਹੁਣ ਮੇਰੇ ਵੀਰੋ ਸਾਰੇ ਜਣੇ ਬਲੌਗ ਦੇਖਿਆ ਕਰੋ, ਵਾਈਫਾਈ ਵੀ ਅਸੀਂ ਲਵਾ ਲਿਆ ਢਾਡਾ ਕਰਕੇ ਆ। ਆਹ ਕਿਹੜੀ ਵਿੱਚ ਪੂਰੀ ਜੀ, ਇਹ ਚਿੱਲੀ ਫਲੇਕਸ, ਚਿੱਲੀ ਫਲੇਕਸ ਦੇਸੀ ਘੇ ਆ। ਤੂੰ ਅੱਗੇ ਗੋਲ ਵੀ ਆ ਬਣੀ ਨਾ, ਦੌੜ ਦੂੜ ਵੀ ਲਾਇਆ ਕਰ ਨਾ, ਗੋਲ ਹੋ ਕੇ ਤੇਰੇ ਵਾਲ ਬੰਨੇ ਤਾਂ ਕਰਕੇ ਲਾ ਨਾ ਦੇ ਰਮਾਲ ਇਹਨੂੰ ਫੇਰ ਇਦਾਂ ਨਾ 300 ਤਾਂ ਵੀ ਭਰਾਵਾ ਠੰਡ ਬਹੁਤ ਹੈ, ਇਹ ਪੱਠੇ ਵੀ ਵੱਢਣੇ ਆ ਅੱਜ ਤੇ ਇਹਨੂੰ ਇਦਾਂ ਫੇਰ ਕ੍ਰੱਚ ਕਰੀ ਆ ਨਾ, ਗੰਡੇ ਅੱਖਾਂ 'ਚ ਪੈਂਦੇ ਇਹ ਤੇ ਤੂੰ ਐਨਕਾਂ ਲਾ ਲੈਂਦੀ ਹੈ, ਇਹਨੂੰ ਐਨਕਾਂ ਲਿਆ ਕੇ ਦੇ ਦੋ ਸਾਹਿਬ ਨੂੰ, ਇਹਦੀ ਕਿ ਪੈਰ ਨਾ ਰੱਖਦੇ ਥੱਲੇ ਕਿੱਲਰ ਗਿਆ। ਅਸੀਂ ਅੱਧਾ ਪਨੀਰ ਤੇ ਤਾਂ ਪੈਰਾਂ 'ਚ ਵੀ ਸੱਟ ਲਈਦਾ, ਉਹ ਤਾਂ ਮੇਰੇ ਅੱਖਾਂ 'ਚ ਕੱਚਾ ਹੈ, ਕਾਹਨ ਸਾਰਾ ਕਰ ਲਿਆ ਕੀੜੀਆਂ ਕੁੜੀਆਂ ਰਹਿੰਦੀਆਂ। ਉਹ ਦੇਖੋ ਹੈਰੀ ਵੀ ਕੱਚੇ ਪਨੀਰ ਨੂੰ ਪੈ ਗਿਆ, ਇਹ ਸਾਡੇ ਜੱਟਾਂ ਦਾ ਪਕਾਉਣ ਨਹੀਂ ਹੁੰਦਾ, ਅਸੀਂ ਜਿੰਨੀ ਚੀਜ਼ ਬਣਦੀ ਉਹ ਵਿੱਚ ਹੱਥ ਨਾਲ ਮਾਰੀਏ ਸਾਨੂੰ ਸਵਾਦ ਜਿਹਾ ਹੀ ਨਹੀਂ ਆਉਂਦਾ। ਹੁਣ ਹੈਰੀ ਵੀ ਕੱਟ ਕੇ ਖਾਊਗਾ ਕੱਚਾ ਪਨੀਰ, ਹੈਰੀ ਤੇ ਖਲਾਰਾ ਨਾ ਪਾਣੀ, ਕੱਚਾ ਪਨੀਰ ਹੈ ਨਹੀਂ, ਕੱਚਾ ਪਨੀਰ, ਕੱਚਾ ਪਨੀਰ ਹੈ ਨਹੀਂ, ਕੱਚਾ ਕੱਚਾ ਬਦਾਮ ਹੈ ਨਹੀਂ, ਕੱਚਾ ਬਦਾਮ ਹੈਰੀ ਖਾਓ ਕੱਚਾ ਪਨੀਰ। ਲਓ ਜੀ ਪੂਰਾ ਹੋ ਗਿਆ ਤਿਆਰ, ਇਹਦੇ ਇਦਾਂ ਹੀ ਗਰਮ ਕਰਕੇ ਮੈਨੂੰ ਪਕੌੜੇ ਬਣਾ ਲਾ, ਉਹ ਕਰਿਆਟੀ ਨਾ ਉਹ ਵੀ ਬਹੁਤ ਵਧੀਆ ਕਰਿਆਟੀ ਕਰਕੇ। ਸਾਡਾ ਇੱਕ ਗੈਸ ਚੁੱਲ੍ਹਾ ਖਰਾਬ ਹੋ ਗਿਆ, ਅਸੀਂ ਉਦੋਂ ਦਾ ਆਹ ਹੀ ਵਰਤਦੇ ਆ, ਨਹੀਂ ਜਿਹੜਾ ਦੂਜਾ ਚੁੱਲ੍ਹਾ ਅੰਦਰ ਪਿਆ, ਜੋ ਸਾਨੂੰ ਆਹ ਜ਼ਿਆਦਾ ਪਸੰਦ ਆਇਆ ਕਿਉਂਕਿ ਇਹ ਵਧੀਆ ਚੱਲਦਾ, ਨਾਲੇ ਇਹਦੀ ਗੈਸ ਗੂਸ ਸੀ, ਉਹ ਜਿਹੜੇ ਦੂਜੇ ਉਹ ਟੰਪਰੀਲੀ ਜਿਹਾ ਸੀ। ਹੈਰੀ ਕੱਚੇ ਪਨੀਰ ਨੂੰ ਦੜਾ ਦੜ ਦੜਾ ਦੜ ਖਾਈ ਜਾ ਰਿਹਾ ਹੈ, ਨਾਲ ਥੋੜ੍ਹਾ ਜਿਹਾ ਆਟਾ ਖਾ ਲਾ, ਆਪੇ ਅੰਦਰ ਪਰੌਂਠੇ ਬਣ ਜਾਣੇ, ਧੁੱਪੇ ਬਹਿ ਜਾ ਧੁੱਪੇ ਬਹਿ ਜਾ ਜਾ। ਅੱਜ ਤੇਰੀ ਮੈਂ ਵੀਡੀਓ ਕਾਕਾ ਦੇਖ ਲਈ ਆ, ਮੋਟਰਸਾਈਕਲ ਚੱਕਦਾ ਸੀ ਮੈਂ, ਉਹਦੇ ਮੈਨੂੰ ਆ ਗਏ ਗਾਹ ਨਹੀਂ ਮੋਟਰਸਾਈਕਲ, ਮੁੜ ਕੇ ਸੱਟ ਪੇਟ ਲਵਾਊਂਗਾ ਕਿਤੇ। ਆ ਜਿਹੜਾ ਸ਼ੋਪਰ ਸ਼ੂਪਰ ਸਾਰੇ ਤੂੰ ਹੀ ਖਰਾਬ ਕੀਤੇ ਆ, ਪਾਪਾ ਵੀ ਅੰਦਰ ਕਹਿੰਦਾ ਜਦੋਂ ਪੱਕੜੀਆਂ ਦੱਸਦੀ ਦੇਖ ਪਾਪਾ ਕਹਿੰਦਾ ਜੁੱਲੇ ਚ ਪਿਆ, ਕਿਹੜੇ ਕਰਮ ਕੀਤੇ ਤੂੰ ਚੰਗੇ ਦੇ ਵਿੱਚ ਮੰਗੇ, ਟਿੰਗ ਡਿੰਗ 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 ਡਿੰਗ, ਚੰਗੇ ਕਰਮ ਕੀਤੇ ਚੰਗੀ ਔਲਾਦ ਹੋਵੇ ਤੇ ਚੰਗੇ ਕਰਮ ਹੁੰਦੇ ਆ, ਸਿੱਕੇ ਆਪਾਂ ਖੋਟੇ ਸਿੱਕੇ ਪਾਲ ਕਹਿੰਦੇ ਜਦੋਂ ਖੋਟਾ ਸਿੱਕਾ ਚੱਲਦਾ ਹਨਾ
ਮਾਤਾ ਗਈ ਅੱਜ ਭੋਗ ਤੇ ਬਾਪੂ ਯਾਰ ਉਹਦਾ ਧੁੱਪ ਨੀ ਕਿੰਨਾ ਚਿਰ ਦੇਖੀ ਦੇਖਦੇ ਉਹ ਵੀ ਤੁਹਾਨੂੰ ਬਲੋਗ ਦੱਸਣਾ ਵੀ ਕਿਉਂ ਉਹਨੂੰ ਬਾਪੂ ਧੁੱਪੇ ਜਾਂਦਾ ਕੀ ਪ੍ਰੋਬਲਮ ਆ ਤੇ ਦਿਓ ਸਾਹਿਬ ਨੇ ਬਾਲ ਦਿੱਤਾ ਗੈਸ ਲਓ ਜੀ ਤਵਾ ਰੱਖਤਾ ਤੇ ਤਵਾ ਹੋ ਗਿਆ ਗਰਮ ਪਰੌਂਠੇ ਮੈਨੂੰ ਸਿੰਗਲ ਨਹੀਂ ਬਣਾਉਣੇ ਉਹ ਤਾਂ ਮੈਂ ਅੱਜ ਇੱਕ ਟਰਾਈ ਕਰੂੰਗੀ ਬਾਅਦ ਚ ਮੈਨੂੰ ਡਬਲ ਪਰੌਂਠੇ ਬਣਾਉਣੇ ਹੁੰਦੇ ਬਸ ਫਿਰ ਪੇੜਾ ਵਗਾ ਡਬਲ ਵਧੀਆ ਸਮਾਂ ਤੇ ਥੋੜੇ ਖਾ ਹੁੰਦੇ ਆ ਰੱਖਿਓ ਆਹੋ ਅੱਛਾ ਜੀ ਹੋਰ ਸਰਦਾਰ ਸਾਹਿਬ ਕਿੱਡਾ ਇਹਨੂੰ ਹਨਾ ਪਰੌਂਠਿਆਂ ਦੇ ਲੱਗਾ ਰਿਹਾ ਢਾਬੇ ਤੇ ਪੇੜਾ ਪਤਲਾ ਕਹਿੰਦਾ ਹਾਂ ਐਰੀ ਨੇ ਪਹਿਲਾਂ ਹੀ ਡਿਮਾਂਡ ਰੱਖਤੀ ਪੇੜਾ ਪਤਲਾ ਮੈਂ ਤਾਂ ਸਿੰਗਲ ਡਬਲ ਬਣਾਉਣ ਲੱਗੀ ਉਹ ਤਾਂ ਪੇੜਾ ਬਹੁਤ ਪਤਲਾ ਹੀ ਹੁੰਦਾ ਜਿਹੜਾ ਡਬਲ ਹੁੰਦੇ ਉਹ ਮੋਟੇ ਮੋਟੇ ਜਿਹੇ ਬਣਦੇ ਸੱਚ ਸਿੰਗਲ ਜਿਹੜੇ ਉਹ ਮੋਟੇ ਜਿਹੇ ਬਣਦੇ ਆ ਜਿਹੜੇ ਡਬਲ ਹੁੰਦੇ ਉਹ ਥੋੜੇ ਪਤਲੇ ਹੀ ਬਣਦੇ ਆ ਕਿਉਂਕਿ ਰੋਟੀ ਪਤਲੀ ਹੁੰਦੀ ਨਾ ਸੈਟਾਂ ਦੀ ਗੱਲ ਹੁੰਦੀ ਆ ਵੀ ਵਿੱਚ ਸਮਾਨ ਕਿੰਨਾ ਪਾਉਣਾ ਉੱਤੇ ਪਤਲਾ ਭਾਰਾ ਹੁੰਦਾ ਪਰੌਂਠਾ ਨਹੀਂ ਕਈ ਸਮਾਨ ਇੰਨਾ ਕੁ ਪਾਉਣਗੇ ਥੋੜਾ ਜਿਹਾ ਤਾਂ ਰੋਟੀ ਆ ਜਿਹੜੀ ਮੋਟੀ ਪਰੌਂਠਾ ਜਿਹਾ ਹੋਊ ਉਹ ਆਲੂ ਕੋਈ ਨਾ ਉਹ ਢਾਬਿਆਂ ਦੇ ਢਿੱਡ ਭਰਨ ਵਾਲਾ ਲੋ ਜੀ ਪਨੀਰ ਲਾਤਾ ਇੱਦਾਂ ਫਿਲਿੰਗ ਕਰਨੀ ਆ ਸੈਟਾਂ ਤੋਂ ਮਾੜਾ ਮਾੜਾ ਰੱਖੀਦਾ ਕਿਉਂਕਿ ਜਦੋਂ ਇਹਦਾ ਨਾ ਰੋਟੀ ਇੱਦਾਂ ਲਾਉਣੀ ਹੋਵੇ ਥੋੜੀ ਥੋੜੀ ਇਹਨੂੰ ਇੱਦਾਂ ਫਿਰ ਜੋੜ ਜਾਂਦਾ ਆਟੇ ਨਾ ਜੇ ਇੱਥੇ ਵੀ ਸਾਰੇ ਬੰਨੇ ਲਾ ਦੇਵੇ ਫਿਰ ਤਾਂ ਜੋੜਨੀ ਨਹੀਂ ਰੋਟੀ ਜੋੜਨੀ ਨਹੀਂ ਰੋਟੀ ਰੱਖ ਤਾਈ ਪਰ ਤਰਜ ਪੂਰੀ ਆਉਂਦੀ ਹੈ ਜਿੰਦਾ ਕਿ ਕਹਿੰਦੇ ਸਿੰਘ ਨਾ ਨਹੀਂ ਹੁੰਦਾ ਆ ਜੀ ਪਰੌਠਾ ਖੋਲਣ ਦੀ ਕੋਸ਼ਿਸ਼ ਓ ਦਹੀਂ ਨਾਲ ਪਰ ਪਨੀਰ ਵਾਲੇ ਦਹੀਂ ਨਾਲ ਨਹੀਂ ਟੇਸਟੀ ਲੱਗਣੇ ਨਹੀਂ ਇਹ ਇਕੱਲਾ ਆਪਾਂ ਚਾਹ ਨਾ ਖਾਵਾਂਗੇ ਇੱਕ ਇੱਕ ਚਾਹ ਰੱਖ ਲਓ ਸੱਚ ਸੰਗਾ ਸਾਹਿਬ ਤੁਹਾਡੀ ਚਾਹ ਨੰਬਰ 1 ਹੁੰਦੀ ਹੈ ਜਿਹੜੀ ਅਦਰਕ ਪਾ ਕੇ ਮੇਰੀ ਕਾਫੀ ਆਓ ਮੇਰੀ ਕਾਫੀ ਉਹਨਾਂ ਦਾ ਚਾਹ ਅਸੀਂ ਬਣਾਈ ਦੀ ਹੈ ਚਾਹ 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 ਨੈਕਸਟ ਤਿਆਰ ਪਾਪੇ ਨੂੰ ਦੋ ਪਹਿਲਾਂ ਪਲੇਟ ਹੈਰੀ ਲਿਆ ਪਲੇਟ ਪਤ ਸੱਤ ਰੋਟੀ ਫੜਾਓ ਮੱਖਣੀ ਕੱਢਾਂ ਕੱਢ ਲਾ ਚਲੋ ਪਾਪੇ ਨੂੰ ਮੱਖਣੀ ਵੀ ਘੱਟ ਹੀ ਖਾਂਦਾ ਕਿਉਂਕਿ ਪਚਦੀ ਵੀ ਘੱਟ ਹੀ ਆ ਤੇ ਦਹੀਂ ਪਨੀਰ ਵਾਲੇ ਨਾਲ ਕਹਿੰਦਾ ਲੈਣਾ ਨਹੀਂ ਚਾਹ ਦੇਵਾਂਗੇ ਨਾਲ ਜਿਉਂ ਜਿਉਂ ਉਮਰ ਦੇ ਹਿਸਾਬ ਨਾਲ ਫੇਰ ਜਾਣੀ ਬੀਬੀ ਨੂੰ ਫੇਰ ਜਾਣੀ ਮੈਨੂੰ ਫੇਰ ਮਨ ਨੂੰ ਫੇਰ ਅਸੀਂ ਉਮਰ ਦੇ ਹਿਸਾਬ ਨਾਲ ਰੋਟੀ ਖਵਾਈ ਦੀ ਹੈ ਤੁਹਾਨੂੰ ਵੀ ਦੱਸਿਓ ਇਹ ਰੈਸਪੀ ਕਿੱਦਾਂ ਲੱਗੀ ਤੇ ਕਿੱਦਾਂ ਦੇ ਪਰੌਠੇ ਸਾਡੇ ਬਣਦੇ ਵਧੀਆ ਲੱਗੇ ਕਿ ਨਹੀਂ ਸਹੀ ਗੱਲ ਇਹ ਤਾਂ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੇ ਤੇ ਹੋਰ ਕੁਝ ਕਹਿਣਾ ਚਾਹੁੰਦੇ ਆ ਬਸ ਨੈਕਸਟ ਵਲੌਗ ਵੀ ਜਲਦੀ ਆਉਣਾ ਗੋਭੀ ਵਾਲੇ ਪਰੌਂਠਿਆਂ ਦਾ ਗਾਂ ਗਾਂ ਅਸੀਂ ਹੁਣ ਕੋਈ ਨਾ ਕੋਈ ਤੁਹਾਨੂੰ ਰੋਜ਼ ਵਲੌਗ ਹੁਣ ਪਿਆ ਕਰਨਾ ਤੇ ਰੋਜ਼ ਸਾਡੇ ਤੁਸੀਂ ਵਲੌਗ ਦੇਖਣੇ ਆ ਕਿਉਂਕਿ ਹੁਣ ਅਸੀਂ ਵਾਈਫਾਈ ਲਵਾ ਲੈਣਾ ਅੱਗੇ ਜੇ ਦੇਖਿਆ ਤਾਂ ਫੇ ਅਸੀਂ ਵਲੌਗ ਪਾਉਣੋਂ ਹਟ ਜਾਣਾ ਸਿੱਧੀ ਇਹ ਵੀ ਗੱਲ ਸਹੀ ਆ ਹਾਂ ਹਨਾ ਕਮ ਸੇ ਕਮ 10 5 15 ਜਣੇ 10 5 10 1000 ਜਣੇ ਤਾਂ ਦੇਖਿਆ ਕਰ ਹੁਣ ਥੋੜਾ ਜਿਹਾ ਇਹ ਹੋ ਜਾਂਦਾ ਹੈ ਵੀ ਜਿੱਦਾਂ ਸਾਡੇ ਵਾਈਫਾਈ ਨਹੀਂ ਸੀ ਲੱਗਾ ਨੈਟ ਨਹੀਂ ਸੀ ਚੱਲਦਾ ਤੇ ਫੇ ਡੇਲੀ ਨਹੀਂ ਪੈਂਦਾ ਨਹੀਂ ਪੈਂਦਾ ਸੀਗਾ ਵਲੌਗ ਹਨਾ ਕਿਉਂਕਿ ਅਪਲੋਡ ਹੀ ਕਰਦੇ ਕਈ ਕੋ ਜੀਆਂ ਮੁੱਕ ਜਾਂਦੀਆਂ ਕਈ ਵਾਰੀ ਪਹੋਣੀ ਪੈਂਦੀ ਸੀ ਤੇ ਹੁਣ ਦੇਖਦੇ ਆ ਦੂਜਾ ਪਰੌਠੇ ਨੂੰ ਥੋੜਾ ਜਿਹਾ ਬਾਲ ਪਿਆ ਮੈਨੂੰ ਨੇ ਪ੍ਰੈਸ ਕਰ ਦਿੱਤਾ ਫੇਰ ਕਰ ਦਿੱਤਾ ਸੈੱਟ ਤੇ ਨਾਲ ਹੀ ਕਰਦੇ ਬਾਏ ਬਾਏ ਮੈਨੂੰ ਬਾਏ ਬਾਏ ਓਕੇ ਕਿੱਦਾਂ ਲੱਗੀ ਆ ਕਮੈਂਟ ਕਰਕੇ ਦੱਸਿਓ ਸਾਡੀ ਵਲੌਗ ਡੇਲੀ ਦੇਖਿਆ ਕਰਿਓ ਹੁਣ ਅਸੀਂ ਡੇਲੀ ਵਲੌਗ ਪਾਇਆ ਕਰਾਂਗੇ ਓਕੇ ਬਾਏ ਬਾਏ